ਤਾਸ਼ ਖੇਡਦੇ ਖੇਡਦੇ ਇੱਕ ਨੌਜਵਾਨ ਦਾ ਪਿਓ ਪੁੱਤ ਦੇ ਵੱਲੋਂ ਕਤਲ ਕੀਤਾ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਹੁਣ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ। ਬੀਤੀ 22 ਅਪ੍ਰੈਲ ਨੂੰ ਜਗਰਾਉਂ ਦੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਕੁਝ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ 21 ਸਾਲ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਜਗਰਾਉਂ ਪੁਲਿਸ ਨੇ ਇੱਕ ਬਾਪ ਬੇਟੇ ਨੂੰ ਕਾਬੂ ਕੀਤਾ। ਕਾਬੂ ਕੀਤੇ ਗਏ ਪੁੱਤ ਨੂੰ ਨਾਬਾਲਿਗ ਹੋਣ ਕਰਕੇ ਜਿੱਥੇ ਪੁਲਿਸ ਨੇ ਉਸ ਨੂੰ ਬਾਲ ਸੁਧਾਰ ਕੇਂਦਰ ਦੇ ਵਿੱਚ ਭੇਜ ਦਿੱਤਾ, ਉੱਥੇ ਹੀ ਬਾਪ ਦਾ ਰਿਮਾਂਡ ਲੈ ਕੇ ਅਗਲੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ। ਇਸ ਮਾਮਲੇ ਬਾਬਤ ਜਾਣਕਾਰੀ ਦਿੰਦੇ ਹੋਏ SSP ਜਗਰਾਉਂ ਨੇ ਦੱਸਿਆ ਕਿ ਇਸ ਕਤਲ ਦੇ ਪਿੱਛੇ ਕੁਝ ਪੈਸਿਆਂ ਦਾ ਲੈਣ ਦੇਣ ਸੀ ਤੇ ਥੋੜੇ ਜਿਹੇ ਪੈਸਿਆਂ ਦੇ ਪਿੱਛੇ ਹੀ 21 ਸਾਲ ਦੇ ਨੌਜਵਾਨ ਨੂੰ ਇਹਨਾਂ ਦੋਵੇਂ ਪਿਓ ਪੁੱਤ ਨੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਦੀ ਘਟਨਾ CCTV ਕੈਮਰੇ ਦੇ ਵਿੱਚ ਕੈਦ ਹੋਈ ਸੀ। ਕਤਲ ਤੋਂ ਬਾਅਦ ਦੋਵੇਂ ਬਰਨਾਲਾ ਦੇ ਵੱਲ ਫਰਾਰ ਹੋਏ ਸੀ ਤਾਂ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨਾਂ ਦਾ ਪਿੱਛਾ ਕਰਕੇ ਦੋਵਾਂ ਨੂੰ ਬਰਨਾਲਾ ਤੋਂ ਕਾਬੂ ਕੀਤਾ। ਕੋਡ ਆਫ ਕੰਡਕਟ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ 16 ਮਾਰਚ 2024 ਨੂੰ ਲੱਗਿਆ ਸੀ। ਉਸ ਤੋਂ ਬਾਅਦ ਇੱਥੇ ਜਗਰਾਉਂ ਪੁਲਿਸ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਦੇ ਹਦਾਇਤਾਂ ਅਨੁਸਾਰ 9 FST ਟੀਮਾਂ ਬਣੀਆਂ, 9 SST ਟੀਮਾਂ 'ਤੇ ਨਾਕਾਬੰਦੀ ਕੀਤੀ ਗਈ। ਹੁਣ ਉਦੋਂ ਤੋਂ ਅੱਜ ਤੱਕ NDPS ਐਕਟ ਦੇ ਅੰਡਰ 35 ਮੁਕੱਦਮੇ ਦਰਜ ਕੀਤੇ ਗਏ ਆ ਅਤੇ 49 ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ, ਜਿਹਦੇ ਵਿੱਚ ਤਕਰੀਬਨ 5 ਕਿਲੋ 290 ਗ੍ਰਾਮ ਅਫੀਮ, 18 ਕਿਲੋ 780 ਗ੍ਰਾਮ ਭੁੱਕੀ ਚੂੜਾ ਪੋਸਤ, 750 ਗ੍ਰਾਮ ਹੈਰੋਇਨ, 3545 ਨਸ਼ੀਲੀ ਗੋਲੀਆਂ, 260 ਕੈਪਸੂਲ ਅਤੇ 2,90,000 ਰੁਪਏ ਜਿਹੜੇ ਹੈਗੇ ਡਰੱਗ ਮਨੀ ਜ਼ਬਤ ਕੀਤੇ ਗਏ ਹੈਗੇ। ਇਸ ਤੋਂ ਇਲਾਵਾ ਇਹਨਾਂ ਦੇ ਇਸ ਟਾਈਮ ਦੇ ਦੌਰਾਨ 13 ਮੋਟਰਸਾਈਕਲ ਅਤੇ 8 ਕਾਰ ਜਾਂ ਜੀਪਾਂ ਜਿਹੜੀਆਂ ਇਸ ਡਰੱਗਸ ਨੂੰ ਕੈਰੀ ਕਰਦੀਆਂ ਸੀ ਉਹਨਾਂ ਨੂੰ ਵੀ ਸੀਜ਼ ਕੀਤਾ ਗਿਆ। ਐਕਸਾਈਜ਼ ਐਕਟ ਦੇ ਅੰਡਰ ਇਸ ਟਾਈਮ ਦੇ ਦੌਰਾਨ 38 ਮੁਕੱਦਮੇ ਦਰਜ ਕੀਤੇ ਗਏ ਹੈਗੇ, ਜਿਨ੍ਹਾਂ 'ਚੋਂ 31 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਵਿੱਚ ਜੋ ਬਰਾਮਦਗੀ ਹੈ ਨਜਾਇਜ਼ ਸ਼ਰਾਬ ਦੀ 724 ਲੀਟਰ, ਠੇਕਾ ਦੇਸੀ ਸ਼ਰਾਬ ਦੀ 587 ਲੀਟਰ ਅਤੇ 2,13,940 ਲੀਟਰ ਲਾਹਨ ਜਿਹੜੀ ਹੈਗੀ ਹੈ ਉਹ ਡਿਸਟਰੋਏ ਕੀਤੀ ਗਈ। 3 ਚਾਲੂ ਪੱਟੀਆਂ ਵੀ ਜਿਹੜੀਆਂ ਹੈਗੀਆਂ ਉਹ ਫੜੀਆਂ ਗਈਆਂ। ਆਰਮਜ਼ ਐਕਟ ਦੇ ਅੰਡਰ ਸਾਨੂੰ 2 32 ਬੋਰਡ ਦੇ ਰਿਵੋਲਵਰ ਅਤੇ 10 ਕਾਰਤੂਸ ਜਿਹੜੇ ਹੈਗੇ ਉਹ ਫੜੇ ਗਏ ਆ। ਇਸ ਤੋਂ ਇਲਾਵਾ MCC ਦੇ ਪੀਰੀਅਡ ਤੋਂ ਬਾਅਦ 32 PO ਹੈਗੇ ਆ ਜੋ ਅਰੈਸਟ ਜਾਂ ਫਿਰ ਡਿਲੀਟ ਕਰਾਏ ਗਏ ਹੈਗੇ ਅਤੇ ਅਰਾਊਂਡ 75% ਟੋਟਲ ਵੈਪਨਸ ਜਿਹੜੇ ਹੈਗੇ ਆ ਉਹ ਡਿਪੋਜ਼ਿਟ ਕਰਾਏ ਗਏ। ਠੀਕ, ਥੈਂਕ ਯੂ। ਤਾਸ਼ ਖੇਡਦੇ ਖੇਡਦੇ ਇੱਕ ਨੌਜਵਾਨ ਦਾ ਪਿਓ ਪੁੱਤ ਦੇ ਵੱਲੋਂ ਕਤਲ ਕੀਤਾ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਹੁਣ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ। ਬੀਤੀ 22 ਅਪ੍ਰੈਲ ਨੂੰ ਜਗਰਾਉਂ ਦੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਕੁਝ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ 21 ਸਾਲ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਜਗਰਾਉਂ ਪੁਲਿਸ ਨੇ ਇੱਕ ਬਾਪ ਬੇਟੇ ਨੂੰ ਕਾਬੂ ਕੀਤਾ। ਕਾਬੂ ਕੀਤੇ ਗਏ ਪੁੱਤ ਨੂੰ ਨਾਬਾਲਿਗ ਹੋਣ ਕਰਕੇ ਜਿੱਥੇ ਪੁਲਿਸ ਨੇ ਉਸ ਨੂੰ ਬਾਲ ਸੁਧਾਰ ਕੇਂਦਰ ਦੇ ਵਿੱਚ ਭੇਜ ਦਿੱਤਾ, ਉੱਥੇ ਹੀ ਬਾਪ ਦਾ ਰਿਮਾਂਡ ਲੈ ਕੇ ਅਗਲੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ। ਇਸ ਮਾਮਲੇ ਬਾਬਤ ਜਾਣਕਾਰੀ ਦਿੰਦੇ ਹੋਏ SSP ਜਗਰਾਉਂ ਨੇ ਦੱਸਿਆ ਕਿ ਇਸ ਕਤਲ ਦੇ ਪਿੱਛੇ ਕੁਝ ਪੈਸਿਆਂ ਦਾ ਲੈਣ ਦੇਣ ਸੀ ਤੇ ਥੋੜੇ ਜਿਹੇ ਪੈਸਿਆਂ ਦੇ ਪਿੱਛੇ ਹੀ 21 ਸਾਲ ਦੇ ਨੌਜਵਾਨ ਨੂੰ ਇਹਨਾਂ ਦੋਵੇਂ ਪਿਓ ਪੁੱਤ ਨੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਦੀ ਘਟਨਾ CCTV ਕੈਮਰੇ ਦੇ ਵਿੱਚ ਕੈਦ ਹੋਈ ਸੀ। ਕਤਲ ਤੋਂ ਬਾਅਦ ਦੋਵੇਂ ਬਰਨਾਲਾ ਦੇ ਵੱਲ ਫਰਾਰ ਹੋਏ ਸੀ ਤਾਂ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨਾਂ ਦਾ ਪਿੱਛਾ ਕਰਕੇ
ਦੋਵਾਂ ਨੂੰ ਬਰਨਾਲਾ ਤੋਂ ਕਾਬੂ ਕੀਤਾ। ਕੋਡ ਆਫ ਕੰਡਕਟ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ 16 ਮਾਰਚ 2024 ਨੂੰ ਲੱਗਿਆ ਸੀ। ਉਸ ਤੋਂ ਬਾਅਦ ਇੱਥੇ ਜਗਰਾਮ ਪੁਲਿਸ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਦੇ ਹਦਾਇਤਾਂ ਅਨੁਸਾਰ 9 FST ਟੀਮਾਂ ਬਣੀਆਂ, 9 SST ਟੀਮਾਂ 'ਤੇ ਨਾਕਾਬੰਦੀ ਕੀਤੀ ਗਈ। ਹੁਣ ਉਦੋਂ ਤੋਂ ਅੱਜ ਤੱਕ NDPS ਐਕਟ ਦੇ ਅੰਡਰ 35 ਮੁਕੱਦਮੇ ਦਰਜ ਕੀਤੇ ਗਏ ਆ ਅਤੇ 49 ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ, ਜਿਹਦੇ ਵਿੱਚ ਤਕਰੀਬਨ 5 ਕਿਲੋ 290 ਗ੍ਰਾਮ ਅਫੀਮ, 18 ਕਿਲੋ 780 ਗ੍ਰਾਮ ਭੁੱਕੀ ਚੂੜਾ ਪੋਸਤ, 750 ਗ੍ਰਾਮ ਹੈਰੋਇਨ, 3545 ਨਸ਼ੀਲੀ ਗੋਲੀਆਂ, 260 ਕੈਪਸੂਲ ਅਤੇ 2,90,000 ਰੁਪਏ ਜਿਹੜੇ ਹੈਗੇ ਡਰੱਗ ਮਨੀ ਜ਼ਬਤ ਕੀਤੇ ਗਏ ਹੈਗੇ। ਇਸ ਤੋਂ ਇਲਾਵਾ ਇਹਨਾਂ ਦੇ ਇਸ ਟਾਈਮ ਦੇ ਦੌਰਾਨ 13 ਮੋਟਰਸਾਈਕਲ ਅਤੇ 8 ਕਾਰੀਆਂ ਜੀਪਾਂ ਜਿਹੜੀਆਂ ਇਸ ਡਰੱਗਸ ਨੂੰ ਕੈਰੀ ਕਰਦੀਆਂ ਸੀ ਉਹਨਾਂ ਨੂੰ ਵੀ ਸੀਜ਼ ਕੀਤਾ ਗਿਆ। ਐਕਸਾਈਜ਼ ਐਕਟ ਦੇ ਅੰਡਰ ਇਸ ਟਾਈਮ ਦੇ ਦੌਰਾਨ 38 ਮੁਕੱਦਮੇ ਦਰਜ ਕੀਤੇ ਗਏ ਹੈਗੇ, ਜਿਨ੍ਹਾਂ 'ਚੋਂ 31 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਵਿੱਚ ਜੋ ਬਰਾਮਦਗੀ ਹੈ, ਨਜਾਇਜ਼ ਸ਼ਰਾਬ ਦੀ 724 ਲੀਟਰ, ਠੇਕਾ ਦੇਸੀ ਸ਼ਰਾਬ ਦੀ 587 ਲੀਟਰ ਅਤੇ 2,13,940 ਲੀਟਰ ਲਾਹਨ ਜਿਹੜੀ ਹੈਗੀ ਹੈ ਉਹ ਡਿਸਟਰੋਏ ਕੀਤੀ ਗਈ। 3 ਚਾਲੂ ਪੱਟੀਆਂ ਵੀ ਜਿਹੜੀਆਂ ਹੈਗੀਆਂ ਉਹ ਫੜੀਆਂ ਗਈਆਂ। ਆਰਮਸ ਐਕਟ ਦੇ ਅੰਡਰ ਸਾਨੂੰ 2 32 ਬੋਰਡ ਦੇ ਰਿਵੋਲਵਰ ਅਤੇ 10 ਕਾਰਤੂਸ ਜਿਹੜੇ ਹੈਗੇ ਉਹ ਫੜੇ ਗਏ ਆ। ਇਸ ਤੋਂ ਇਲਾਵਾ MCC ਦੇ ਪੀਰੀਅਡ ਤੋਂ ਬਾਅਦ 32 PO ਹੈਗੇ ਆ ਜੋ ਅਰੈਸਟ ਜਾਂ ਫਿਰ ਡਿਲੀਟ ਕਰਾਏ ਗਏ ਹੈਗੇ, ਅਤੇ ਅਰਾਊਂਡ 75% ਟੋਟਲ ਵੈਪਨਸ ਜਿਹੜੇ ਹੈਗੇ ਆ ਉਹ ਡਿਪੋਜ਼ਿਟ ਕਰਾਏ ਗਏ। ਠੀਕ, ਥੈਂਕ ਯੂ।